ਕੜਾਹ ਖੜਾ ਜੀ। ਤੇ ਇਹ ਕਿੰਨੇ ਸਰ ਮਾਡਲਾਂ ਤੁਸੀਂ ਬਣਾਉਂਦੇ ਹੋ ਸਰ ਅਲੱਗ ਇਹ ਅਲੱਗ? 7 ਤੇ 8 ਫੁੱਟ 'ਚ ਬਣਾਉਂਦੇ ਆਪਾਂ। ਜੀ ਹਾਂਜੀ, ਅਤੇ ਇਹਦੇ ਨਾਲ ਆਪਾਂ ਇੱਕ ਤਾਂ ਸਰ ਤੁਹਾਨੂੰ ਦੱਸ ਦਈਏ ਕਿ ਬਕਟ ਜਿਹੜੀ ਹੈ ਸਾਡੀ ਬਹੁਤ ਹੈਵੀ ਹੈ ਸਰ, ਜੀ ਤੁਸੀਂ ਆਪੇ ਦੇਖ ਸਕਦੇ ਹੋ ਹਰ ਚੀਜ਼ ਹੈਵੀ 'ਚ ਯੂਜ਼ ਕੀਤੀ ਹੋਈ ਹੈ ਆਪਾਂ। ਜੀ ਇਹ ਵੀ ਬਹੁਤ ਤਕੜੀ ਆ ਫਰੇਮ ਸਾਰੀ ਜੀ, ਹਾਂਜੀ ਹੈ ਨਾ ਜੀ। ਅਤੇ ਸਰ ਇਹਦਾ ਫਰਕ ਕੀ ਪੈਂਦਾ ਫਿਰ, ਮਤਲਬ ਜਿੱਦਾਂ ਸਰ ਹੁਣ ਤੁਸੀਂ ਦੇਖੋ ਬਹੁਤ ਨਾ ਸਰ, ਜ਼ਿਆਦਾ? ਅਗਰ ਥੋੜ੍ਹਾ ਹਲਕਾ ਯੂਜ਼ ਕਰਾਂਗੇ, ਜੀ ਨੈਚੁਰਲੀ ਕੁਆਲਿਟੀ ਨਹੀਂ ਦੇਵਾਂਗੇ ਤਾਂ ਪ੍ਰੋਡਕਟ ਲੌਂਗ ਲਾਈਫ ਨਹੀਂ ਚੱਲੇਗਾ ਸਰ। ਜੀ ਅਤੇ ਦੂਜੀ ਚੀਜ਼, ਅਗਰ ਪੂਰਾ ਇਹ ਕੀ ਹੁੰਦਾ, ਜਦੋਂ ਆਪਾਂ ਲੈਵਲ ਕਰਦੇ ਕਿਸੇ ਚੀਜ਼ ਨੂੰ ਖੇਤ 'ਚ, ਤਾਂ ਪੂਰੇ ਮਿੱਟੀ ਨਾਲ ਭਰ ਜਾਂਦਾ, ਤਾਂ ਜੀ ਫਿਰ ਅਗਰ ਇਹ ਪ੍ਰੋਪਰ ਹੈਵੀ 'ਚ ਨਹੀਂ ਹੋਏਗਾ ਤਾਂ ਵਾਈਬ੍ਰੇਟ ਕਰੇਗਾ, ਓਕੇ, ਤਾਂ ਉਹਦੀ ਵਰਕਿੰਗ ਪ੍ਰੋਪਰ ਨਹੀਂ ਹੋਗੀ, ਉਹ ਪੂਰਾ ਉਹਨੂੰ ਲੈਵਲ ਲੈਵਲ ਨਹੀਂ ਕਰੇਗਾ, ਲੈਵਲ ਸਹੀ ਨਹੀਂ ਕਰੇਗਾ। ਹਾਂਜੀ, ਅਤੇ ਨਾਲ ਆਪਾਂ ਇਹਦੇ ਨਾਲ ਦਿੰਦੇ ਅਲਫਾ ਦਾ ਸਿਸਟਮ। ਜੀ ਹਾਂ, ਤਾਂ ਉਹਦੀ ਇੰਨੀ ਐਕੂਰੇਸੀ ਹੈ ਕਿ ਉਹ ਤਾਂ ਵਰਲਡ ਦਾ ਫੁੱਲ ਹਾਂਜੀ ਫੇਮਸ ਆ ਹਾਂਜੀ ਜੀ, ਹਾਂਜੀ ਉਹਦਾ ਤਾਂ ਕੋਈ ਬਿਲਕੁਲ ਮੁਕਾਬਲਾ ਹੀ ਨਹੀਂ। ਬਿਲਕੁਲ ਜੀ ਬਿਲਕੁਲ, ਤੇ ਮਤਲਬ ਜੇ ਬਕਟ ਹੌਲੀ ਹੋਵੇ ਤਾਂ ਪ੍ਰੋਪਰ ਉਹਨੇ ਲੈਵਲ ਨਹੀਂ ਕਰਨਾ, ਹਾਂਜੀ ਖੇਤ ਹਾਂਜੀ ਦਾ ਸਰ, ਉਹ 'ਚ ਪ੍ਰੋਬਲਮ ਆਊ ਤਾਂ ਉਹ ਜੰਪ ਖਾਏਗੀ ਤਾਂ ਨੈਚੁਰਲੀ ਉਹ ਮਿੱਟੀ ਛੱਡ ਜਾਏਗੀ ਨਾ ਫਿਰ ਜੀ ਜਗ੍ਹਾ ਤੇ। ਜੀ 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 ਦੂਜਾ ਸਰ ਆਪਾਂ ਨੇ ਕੀ ਕੀਤਾ ਕਿ ਜਿਗ ਜੈਗ 'ਚ ਦਿੰਦੇ ਇੱਕ ਤਾਂ ਇਹ, ਓਕੇ, ਹਾਂ, ਤੇ ਇਹਦੇ ਸਾਰੇ ਚਾਰੋਂ ਟਾਇਰਾਂ ਦੇ ਐਕਸਲ ਅਲੱਗ ਅਲੱਗ ਲਾਏ, ਇਹ ਨਹੀਂ ਹੈ ਕੁਝ ਲੋਕ ਇਦਾਂ ਕਰਦੇ ਕਿ ਇੱਕ ਐਕਸਲ ਨਾਲ ਹੀ ਦੁੱਗੇ ਨੂੰ ਜੋੜ ਦਿੰਦੇ ਜੀ ਆਪਾਂ। ਹਾਂ, ਟਾਇਰ ਦੋ ਹੁੰਦੇ ਨੇ, ਐਕਸਲ ਇੱਕ ਹੁੰਦਾ ਜੀ। ਹਾਂਜੀ, ਤੇ ਇਹਦੇ ਵੱਖਰੇ ਵੱਖਰੇ ਦਿੱਤੇ ਹੋਏ ਆ ਆਪਾਂ ਸਾਰੇ ਦੋਨਾਂ ਦੇ ਜੀ। ਹਾਂਜੀ, ਉਹਦੇ ਕਿਹਾ ਕਿ ਐਡਜਸਟਮੈਂਟ ਪ੍ਰੋਪਰ ਹੋ ਜਾਂਦੀ ਜੀ, ਕਿਤੇ ਉੱਪਰ ਨੀਚੇ ਆ ਗਏ ਤਾਂ ਵੀ ਇਹ ਬਕਟ ਉੱਦਾਂ ਹੀ ਚੱਲੇਗੀ, ਟਾਇਰ ਉੱਪਰ ਨੀਚੇ ਹੋ ਕੇ ਐਡਜਸਟਮੈਂਟ ਕਰ ਲੈਂਦੇ ਆਪਣੇ, ਮਤਲਬ ਬਕਟ ਨੂੰ ਹਿੱਲਣ ਨਹੀਂ ਹਾਂਜੀ ਦੇਣਗੇ। ਬਿਲਕੁਲ ਜੀ, ਵੀ ਪ੍ਰੋਪਰ ਬਕਟ ਦਾ ਬਿਲਕੁਲ ਸਹੀ ਜਾਊ। ਮੰਨ ਲਓ ਤੁਸੀਂ ਲੈਵਲ ਕੀਤਾ ਤਾਂ ਉਸ 'ਚ ਇਹ ਨਹੀਂ ਹੈ ਕਿ ਆਪਾਂ ਇੱਥੇ ਪਾਣੀ ਛੱਡਿਆ ਤਾਂ ਇੱਥੇ ਜ਼ਿਆਦਾ ਹੋ ਗਿਆ ਉੱਥੇ ਜ਼ਿਆਦਾ ਹੋ ਜੀ, ਗਿਆ, ਜੀ ਜੀ, ਉਹ ਨਹੀਂ ਹੋਏਗਾ, ਪੂਰਾ ਇੱਕਦਮ ਬਰਾਬਰ ਹੋਏਗਾ ਖੇਤ ਜੀ ਆਪਣਾ। ਅਤੇ ਸਰ ਜਿੱਦਾਂ ਇਹ ਸੈਟਿੰਗ ਆ, ਇਹ ਕਾਹਦੀ ਹੋ ਰਹੀ ਜੀ, ਮਤਲਬ ਬਣਾਈ ਵੀ ਅੱਗੇ? ਇਹ ਤਾਂ ਸਰ ਬਕਟ ਦਾ ਜੋੜ ਦਿੱਤੇ ਹੋਏ ਆਪਾਂ ਨੇ ਨਾ ਜੀ, ਜਿੱਦਾਂ ਇਹ ਹਾਈਡ੍ਰੋਲਿਕ ਹੁੰਦਾ ਨਾਲ ਨਾ ਜੀ, ਇਹ ਲੱਗਿਆ ਹੋਇਆ ਹਾਈਡ੍ਰੋਲਿਕ ਜੀ, ਜਿੱਦਾਂ ਮੰਨ ਲਓ ਬਕਟ ਭਰੀ ਪਈ ਆਪਣੀ ਅੱਗੇ ਤੇ ਜੀ ਜੀ, ਤੇ ਉੱਪਰ ਨੀਚੇ ਹੋ ਗਿਆ ਤਾਂ ਬਕਟ ਤੋਂ ਉੱਤੇ ਰਹਿਣੀ, ਇਹ ਐਡਜਸਟਮੈਂਟ ਟਾਇਰਾਂ ਨਾਲ ਹੋ ਜਾਂਦੀ ਪੂਰੀ ਨਾ। ਓਕੇ ਜੀ, ਹਾਂ, ਉਸ ਨਾਲ ਕਿ ਉਹੀ ਮੇਨ ਚੀਜ਼ ਇਸ 'ਚ ਕਿ ਲੈਵਲ ਹੀ ਕਰਨਾ ਆਪਾਂ ਨੇ, ਚੀਜ਼ ਪ੍ਰੋਪਰ ਹੋਣਾ ਚਾਹੀਦਾ, ਪ੍ਰੋਪਰ ਲੈਵਲਿੰਗ ਚਾਹੀਦੀ ਚਾਹੀਦੀ, ਉਹਦਾ ਹੀ ਉਹਦੇ ਕਰਕੇ ਹੀ ਇਹ ਸੰਦ ਬਣੇ ਹੋਏ ਆ ਜੀ, ਨਹੀਂ ਤਾਂ ਇਸ ਸੰਦ ਦਾ ਕੋਈ ਯੂਜ਼ ਹੀ ਨਹੀਂ ਹੈ। ਇਹਦੇ ਵਿੱਚ ਮਤਲਬ ਤੁਸੀਂ ਜੇ ਕਿਸੇ ਨੇ ਅਲਫਾ ਦਾ ਲੈਣਾ ਉਹ ਵੀ ਲੈ ਸਕਦਾ, ਹਾਂਜੀ, ਕਈ ਵਾਲਾ ਕਹਿੰਦਾ ਜੀ ਉਹ ਮਹਿੰਗੇ ਨੇ ਨਾ, ਕਿਸੇ ਨੇ ਹੋਰ ਲੈਣਾ ਇੱਕ ਤਾਂ ਉਹ ਵੀ। ਆਪਣੇ ਕੋਲ PDC ਬ੍ਰਾਂਡਿੰਗ ਆਪਾਂ ਵੀ ਆਪਣੀ ਵੀ ਦਿੰਦੇ ਆ ਨਾਲ, ਪਰ ਆਪਾਂ ਜ਼ਿਆਦਾ ਪ੍ਰੈਫਰ ਕਰਦੇ ਅਲਫਾ ਹੀ, ਕਿਉਂਕਿ ਤੁਹਾਨੂੰ ਪਤਾ ਹੀ ਅਲਫਾ ਬਹੁਤ ਅੱਛੀ ਆਊਟਪੁੱਟ ਜੀ ਦਿੰਦਾ ਜੀ ਜੀ। ਅਤੇ ਸਰ ਇਹਦੇ ਵੀ ਸਬਸਿਡੀ ਚੱਲਦੀ ਹੈ ਜੀ? ਹਾਂਜੀ, ਇਸ 'ਚ ਵੀ ਆਉਂਦੀ ਹੈ, ਸਵੈਮ 'ਚ ਆਉਂਦੀ ਹੈ, CRM 'ਚ ਤਾਂ ਨਹੀਂ ਹੈ ਜੀ, ਜਿੱਦਾਂ ਗਰੁੱਪ ਵਗੈਰਾ ਉਸ 'ਚ ਆਉਂਦੀ ਜੀ 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 ਜੀ। ਅਤੇ ਸਰ ਜਿੱਦਾਂ ਆਹ ਲੱਗਿਆ ਹੋਇਆ ਪਾਈਪ, ਇਹਦੇ ਮਤਲਬ ਕੀ ਯੂਜ ਹੁੰਦੇ ਇਹਦੇ ਲਈ? ਜਿਹੜਾ ਰਿਸੀਵਰ ਤੇ ਟਰਾਂਸਮਿਟਰ ਹੁੰਦਾ ਨਾ, ਉਹਨਾਂ ਨੂੰ ਆਪਾਂ ਐਡਜਸਟਮੈਂਟ ਲਈ ਕਰਦੇ ਜੀ। ਹਾਂਜੀ, ਇਹਦੇ ਤੋਂ ਹੁੰਦੀ ਹੈ ਸਾਰੀ? ਹਾਂਜੀ ਬਿਲਕੁਲ, ਇਦਾਂ ਜਿੱਦਾਂ ਆਪਾਂ ਉੱਪਰ ਥੱਲੇ ਕਰਨਾ ਉਹ ਹਾਂਜੀ, ਵਾਲਾ ਉੱਪਰ ਥੱਲੇ ਹੋ ਪੂਰੀ ਇਧਰੋਂ ਆਏਗੀ। ਓਕੇ ਓਕੇ, ਇਹ ਤਾਂ ਸੈਟਿੰਗ ਉਹਦੀ ਆ ਜਿਹੜਾ ਸੈਟਰ ਲੱਗਿਆ ਉਹਦੀ ਹੋਣੀ ਆ ਜੀ। ਬਿਲਕੁਲ ਜੀ। ਤੇ ਸਰ ਇੱਕ ਮੈਂ ਤੁਹਾਡਾ ਮੇਲੇ ਤੇ ਵੀ ਦੇਖਿਆ ਸੀ, ਚਲੋ ਹੁਣ ਵੀ ਸਾਹਮਣੇ ਆ, ਆਹ ਤੁਸੀਂ ਨਵੀਂ ਹੋ, ਖੋਜ ਕਰੀ ਵੀ ਆ ਵੀ ਇਹਦੇ ਜੈਕ ਲਾ ਕੇ ਛੋਟਾ ਬੜਾ ਕਰ ਸਕਦੇ? ਹਾਂਜੀ, ਇਹ ਮੈਂ ਤਾਂ ਸਰ ਦੇਖਿਆ ਨਹੀਂ ਹੁਣ ਤੱਕ, ਇਹ 7 ਫੁੱਟ ਤੇ 9 ਫੁੱਟ ਤੱਕ ਵਰਕਿੰਗ ਹੋ ਜਾਂਦਾ ਸਰ, ਕਨਵਰਟ ਹੋ ਜਾਂਦਾ ਹਾਂਜੀ। ਹੁਣ ਇਸ ਟਾਈਮ ਮੰਨ ਲਓ ਤੁਸੀਂ ਇਹ 7 ਫੁੱਟ ਆਏਗਾ ਜੀ, ਜਦੋਂ ਇਹ ਹਾਈਡ੍ਰੋਲਿਕ ਖੁੱਲਾਂਗੇ ਜੀ, 1-1 ਫੁੱਟ ਦੋਨੋਂ ਸਾਈਡ ਤੇ ਬੜੇਗਾ, ਓਕੇ, 9 ਫੁੱਟ ਦਾ ਕੰਮ ਕਰੇਗਾ। ਮਤਲਬ ਇਹ ਆ ਵੀ ਜਿਹੜੇ ਭਰਾ ਕੋਲ ਛੋਟਾ ਟਰੈਕਟਰ ਆ ਉਹਤੇ ਵੀ ਇਹ ਚੱਲੂਗਾ? ਬਿਲਕੁਲ ਜੀ, ਜਿਹਦੇ ਕੋਲ ਵੱਡਾ ਟਰੈਕਟਰ ਆ ਉਹਤੇ ਤਾਂ ਚੱਲਣਾ ਹੀ ਚੱਲਣਾ। ਹਾਂਜੀ, ਮਤਲਬ ਇਹਦੇ ਵਿੱਚ ਆਪਸ਼ਨ ਆ ਗਈ ਜੀ? ਆਪਸ਼ਨ ਹੈ ਕਿ ਤੁਹਾਨੂੰ ਇਹ ਨਹੀਂ ਹੈ ਕਿ ਕਿੱਥੇ ਤੁਹਾਡੇ ਕੋਲ 2 ਟਰੈਕਟਰ, 1 ਛੋਟਾ 1 ਵੱਡਾ, ਕਦੇ ਛੋਟੇ ਨਾਲ ਚਲਾਉਣਾ ਪੈ ਗਿਆ ਤਾਂ 2 ਸੰਦ ਨਹੀਂ ਰੱਖਣਾ ਪੈਣੇ, ਤੁਹਾਨੂੰ 1 ਸੰਦ ਨਾਲ ਹੀ ਪੂਰਾ ਪ੍ਰੋਪਰ ਕੰਮ ਮਿਲੇਗਾ। ਮਤਲਬ ਚਾਹੇ ਜੇ 50 HP ਟਰੈਕਟਰ ਆ, ਮਤਲਬ ਵੱਡਾ 70-75 ਬਿਲਕੁਲ ਆ, ਤਾਂ ਸਾਰੇ ਮਤਲਬ ਇਹਦੇ ਨਾਲ ਇੱਕੋ ਗ੍ਰਾਹ ਨਾਲ ਸਰੀ ਬਿਲਕੁਲ ਜੀ ਬਿਲਕੁਲ। ਇਹ ਇਧਰ ਇਹ ਲੱਗਿਆ ਹਾਈਡ੍ਰੋਲਿਕ ਜੀ, ਇਹਨਾਂ ਨਾਲ ਓਪਨ ਹੁੰਦੀ, ਇਹ ਚੀਜ਼ਾਂ ਓਪਨ ਹੋ ਜਾਂਦੀਆਂ।
ਇਹ ਹਾਈਡ੍ਰੋਲਿਕ ਇਹਦੀ ਵੀ ਸੈਟਿੰਗ ਉੱਪਰ ਟਰੈਕਟਰ ਦੇ ਹੁੰਦੀ ਹੈ ਜੀ? ਹਾਂਜੀ ਹਾਂਜੀ, ਇਹ ਸਾਰਾ ਇੱਕ ਹੀ ਉਸ ਨਾਲ ਹੀ ਐਡਜਸਟਮੈਂਟ ਰਹਿੰਦਾ ਨਾ, ਇਹਦੇ ਲਈ ਆਪਾਂ ਇਹ ਦਿੱਤੇ ਹੁੰਦਾ ਪੂਰਾ ਪ੍ਰੋਪਰ ਸੈਟਅਪ ਜੀ, ਉਹਦੇ ਨਾਲ ਹੋ ਜਾਂਦੀ ਹੈ ਜਿਹੜਾ ਆਪਣਾ ਉੱਪਰ ਬਾਕਸ ਲੱਗਦਾ ਉਹਦੇ ਤੋਂ ਇਹਨੇ ਇਹਦੇ ਚੱਲਣਾ ਜੀ। ਹਾਂਜੀ, ਇਹ ਨਹੀਂ ਵੀ ਕਿਸਾਨ ਨੂੰ ਨੀਚੇ ਉੱਤਰ ਕੇ ਆਉਣਾ ਡਰਾਈਵਰ, ਉਹ ਚੀਜ਼ ਨਹੀਂ ਹੈਗੀ। ਇਹਦੇ ਵੀ ਸਾਰਾ ਮਤਲਬ ਓਨਾ ਹੀ ਹੈ ਵੀ ਸਾਰਾ ਕੁਝ ਪੂਰਾ ਫੀਚਰ ਸੇਮ ਹੈ ਸਰ, ਇਹਦੇ ਵੀ ਕੋਈ ਇਸ 'ਚ ਅਲੱਗ ਨਹੀਂ ਹੈ ਜੀ। ਸਿਰਫ ਇਹੀ ਹੈ ਬੈਨੀਫਿਟ ਇਹਦਾ ਕਿ ਬੰਦੇ ਨੂੰ 2 ਸੰਦ ਦੀ ਲੋੜ ਨਾ ਪਏ ਜੀ, ਬੰਦਾ 7 ਫੁੱਟ 'ਚ ਵੀ ਕੰਮ ਕਰ ਸਕਦਾ, 8 'ਚ ਵੀ ਕਰ ਸਕਦਾ, 9 'ਚ ਵੀ ਕਰ ਸਕਦਾ ਜੀ। ਮਤਲਬ ਇਹ ਕਿਸਾਨ ਦੀ ਇਹ 'ਚ ਸੁਵਿਧਾ ਬਹੁਤ ਬਿਲਕੁਲ ਜੀ ਬਿਲਕੁਲ। ਮੈਂ ਤਾਂ ਪਹਿਲਾਂ ਤੁਹਾਡਾ ਦੇਖਿਆ ਜੀ ਜਿਹੜਾ, ਨਹੀਂ ਅੱਜ ਤੱਕ ਮਤਲਬ ਆਪਾਂ ਦੇਖੇ ਨੇ ਫਿਕਸ ਵਾਲੇ, ਇਹ ਮਤਲਬ ਵੱਡਾ ਹੋ ਜਾਂਦਾ ਛੋਟਾ ਹੋ ਜਾਂਦਾ, ਇਹ ਤਾਂ ਤੁਸੀਂ ਮੈਂ ਫਸਟ ਦੇਖਿਆ ਜੀ। ਬਿਲਕੁਲ ਸਹੀ ਗੱਲ ਨਹੀਂ ਤੁਹਾਡੀ, ਮਤਲਬ ਕੰਪਨੀ ਜਾ ਕੇ ਇਹ ਜ਼ਰੂਰ ਪਤਾ ਲੱਗਿਆ, ਕਿਉਂਕਿ ਇਹਦੇ ਵਿੱਚ ਇਹ ਫਾਇਦਾ ਬਹੁਤ ਆ ਕਿਸਾਨ ਦਾ ਜੀ। ਬਿਲਕੁਲ ਜੀ, ਜਿਹਦੇ ਕੋਲ ਵੱਡਾ ਟਰੈਕਟਰ ਆ ਵੱਡੇ ਵਰਤੋਂ ਛੋਟੇ, ਅਤੇ ਇੱਕ ਹੋਰ ਆ ਜੀ, ਮਤਲਬ ਜਿਵੇਂ ਆਪਾਂ ਵੱਡਾ 9 ਫੁੱਟਾ ਲੈ ਲਿਆ, ਜੇ ਆਪਾਂ ਸੜਕ 'ਤੇ ਟਰਾਂਸਪੋਰਟ ਕਰਦੇ ਹਾਂ ਕਿਤੇ ਲੈ ਕੇ ਜਾਂਦੇ, ਉਹ 'ਚ ਵੀ ਪ੍ਰੋਬਲਮ ਆਉਂਦੀ ਆ। ਜਾਂ ਆਪਣੇ ਘਰ ਹੀ ਪਿੰਡ ਹੀ ਪਾਉਣਾ ਹੈ, ਅਗਰ ਗਲੀ ਛੋਟੀ ਹੈ ਤਾਂ ਸਾਨੂੰ ਫਿਰ ਮੁਸ਼ਕਲ ਹੋ ਜਾਂਦੀ ਜੀ ਜੀ। ਉਹਦੇ ਲਈ ਜੀ ਵੀ ਇਹ ਬੈਨੀਫਿਟ ਆ ਜੀ। ਬਿਲਕੁਲ ਸਹੀ ਆ, ਇਹਦੇ ਤੇ ਵੀ ਸਬਸਿਡੀ ਚੱਲਦੀ ਹੈ ਜਣਾ? ਹਾਂਜੀ, ਇਹਦੇ ਵਿੱਚ ਸਰ ਜਿਵੇਂ ਇੱਕੋ ਇਹ ਸੇਮ ਇਹੀ ਮਾਡਲ ਆਉਂਦਾ ਜੀ। ਹਾਂਜੀ, ਜਿਹੜਾ ਆਪਣਾ ਲੇਜ਼ਰ ਲੈਵਲ ਆ ਇਹਦਾ ਇੱਕੋ ਮਾਡਲ ਆ ਸੇਮ ਜੀ? ਹਾਂਜੀ, ਇੱਕੋ ਮਾਡਲ ਹੈ ਸਰ, ਬਸ ਇਹਦੇ ਵਿੱਚ ਉਹ ਕਨਵਰਟ ਵਾਲਾ ਇਹ ਸਿੰਪਲ। ਬਿਲਕੁਲ ਜੀ, ਗਰਮੀ ਸਿਖਾ ਲਓ 2 ਮਿੰਟ। ਜਿੱਦਾਂ ਆਪਣਾ ਅੱਗੇ ਪ੍ਰੋਡਕਟ ਆ ਗਿਆ ਰੀਪਰ ਜੀ। ਹਾਂਜੀ, ਇਹ ਰੀਪਰ ਆ ਗਿਆ ਆਪਣਾ ਸਰ, ਇਸ 'ਚ ਆਪਾਂ 2 ਮਾਡਲ ਦਿੰਦੇ ਸਰ ਜੀ, ਇੱਕ 57 ਇੰਚ 1 62 ਇੰਚ, ਬਾਕੀ ਆਪਾਂ ਆਪਸ਼ਨ ਰੱਖੀ ਹੁੰਦੀ ਕਟਰ ਲਈ। ਕਟਰ ਤੁਸੀਂ 7 ਫੁੱਟ ਦਾ ਵੀ ਲੈ ਸਕਦੇ, 7.5 ਫੁੱਟ ਲੈ ਸਕਦੇ, 8 ਵੀ ਲੈ ਸਕਦੇ, 8.5 ਫੁੱਟ ਵੀ ਲੈ ਸਕਦੇ, ਐਸ ਪਰ ਡਿਮਾਂਡ ਆਪਾਂ ਦੇ ਸਕਦੇ। ਜਿਵੇਂ ਤੁਹਾਡੇ ਟਰੈਕਟਰ ਵੱਡਾ ਹੈ, ਹਾਂਜੀ, ਤੁਸੀਂ ਉਹ 'ਚ ਵੱਡਾ ਕਟਰ ਵੀ ਲੈ ਸਕਦੇ ਹੋ, ਵੱਧ ਕੰਮ ਕਰੇ। ਬਿਲਕੁਲ, ਜਿੱਦਾਂ ਤੁਹਾਡਾ ਪਾਵਰ ਦਾ ਟਰੈਕਟਰ ਉਹਦੇ ਅਕੋਰਡਿੰਗ ਤੁਸੀਂ ਚੇਂਜ ਕਰ ਸਕਦੇ ਹੋ। ਮਤਲਬ ਇਹਦੇ 'ਚ 2 ਮਾਡਲ ਆਉਂਦੇ ਨੇ ਜੀ। ਬਿਲਕੁਲ, ਇੱਕ 57 ਇੰਚ ਆਉਂਦਾ, 1 62 ਇੰਚ ਬਾਟ। ਇਹ ਸਰ ਕਿਹੜਾ? ਇਹ ਸਰ 57 ਇੰਚ ਹੈ, 57 ਇੰਚ ਹੈ ਹਾਂਜੀ। ਅਤੇ ਸਰ ਇਹਦਾ ਮਤਲਬ ਇਹਦੇ 'ਤੇ ਵੀ ਕੋਈ ਮਤਲਬ ਸਕੀਮ ਸਬਸਿਡੀ ਜਾਂ ਕੋਈ ਸਰਕਾਰ ਦੀ ਹੈਗੀ ਹੈ ਜੀ? ਇਸ 'ਤੇ ਨਹੀਂ ਹੈ ਸਰ, ਚੋਪਰ 'ਤੇ ਆਉਂਦੀ ਹੈ। ਚੋਪਰ 'ਤੇ ਆਉਂਦੀ ਹੈ, ਉਹ ਪਰਾਲੀ ਵਾਲਾ ਪ੍ਰੋਡਕਟ। ਹਾਂਜੀ ਹਾਂਜੀ, ਇਸ 'ਚ ਆਪਾਂ ਇੱਕ ਆਪਸ਼ਨ ਦਿੰਦੇ ਕਿ ਸਾਡਾ ਜਿਹੜਾ ਹੈ ਨਾ ਸਰ ਜੀ, ਡਬਲ ਹੈ ਪੈਡੀ ਚੋਪਰ, ਤੇ ਆਪਾਂ ਉਹਨੂੰ ਕਨਵਰਟ ਕਰਕੇ ਰੀਪਰ ਵੀ ਕਰ ਸਕਦੇ। ਉਹ ਅਟੈਚਮੈਂਟ ਅਲੱਗ ਅਲੱਗ ਉਹਦੇ ਕੰਪਨੀ ਮਿਲ ਜਾਂਦੀ ਹੈ ਜੀ, ਜੇ ਕਿਸੇ ਨੇ ਲੈਣੀ ਆ ਤਾਂ ਉਹ ਅਟੈਚਮੈਂਟ ਅਗਲਾ ਲੈ ਕੇ ਉਹ ਕੰਪਨੀ ਤੋਂ ਕਰ ਸਕਦਾ। ਬਿਲਕੁਲ ਜੀ, ਤੇ ਦੂਜਾ ਸਰ ਔਰਾਂ ਤੇ ਇਹ ਟਰਾਲੀ ਜਿਹੜੀ ਨਾ ਸਰ 2 ਮਿੰਟ ਪਹਿਲੇ ਭਰ ਦਿੰਦਾ ਜੀ। ਹਾਂਜੀ, ਇਹਦੀ ਇਹ ਖਾਸੀਅਤ ਹੈ, ਪੂਰਾ ਪ੍ਰੋਪਰ ਕੰਮ ਕਰੇਗਾ, ਕੁਛ ਨਹੀਂ, ਜਿਹੜੀ ਵੀ ਤੂਰੀ ਹੈ ਉਹ 2 ਮਿੰਟ ਟਰਾਲੀ ਪਹਿਲੇ ਭਰ ਦੇਗਾ ਜੀ। ਤੇ ਸਰ ਜਿਵੇਂ ਗੇਅਰ ਇਹਦੀ ਫੁੱਲ ਹੈਵੀ? ਹਾਂਜੀ, ਹੈਵੀ ਡਿਊਟੀ ਗੇਅਰ ਆਏਗਾ ਪੂਰਾ ਪ੍ਰੋਪਰ ਸਰ ਜੀ। ਤੇ ਨਾਲ ਸਰ ਆਪਾਂ ਇਸ 'ਚ ਕਿੱਟ ਵੀ ਦਿੰਦੇ, ਕਿੱਟ 'ਚ ਉਸ 'ਚ ਕੀ ਹੁੰਦਾ, 에ਅਰ ਕੰਪਰੈਸਰ ਹੁੰਦਾ, ਉਹ ਵੱਖਰਾ ਲੱਗਦਾ ਸਰ। ਜਿੱਦਾਂ ਤੁਸੀਂ ਖੇਤ 'ਚ ਗਏ ਕਦੀ, ਅਗਰ ਤੁਹਾਨੂੰ ਟਾਇਰ 'ਚ ਆਵਾ ਤਾਂ ਇਹ ਉਹ ਭਰਨਾ ਪੈ ਗਿਆ, ਉਹ ਸਾਰਾ ਆਪਾਂ ਦਿੰਦੇ ਹਾਂ। ਓਕੇ, ਉਹ ਅਲੱਗ ਆਉਂਦੀ ਹੈ, ਅਸੈਸਰੀ 'ਚ ਆਉਂਦਾ ਉਹ ਪ੍ਰੋਡਕਟ ਸਾਰਾ। ਤੇ ਸਰ ਜਿੱਦਾਂ ਮਤਲਬ ਇਹ ਪੁੜੀਆਂ ਨੇ ਟਰੈਕਟਰ ਦਾ ਕੋਈ ਅਲੱਗ, ਤਾਂ ਤੁਸੀਂ ਸਾਰੇ ਚੱਕਰ? ਹਾਂਜੀ ਹਾਂਜੀ ਹਾਂਜੀ, ਕੋਈ ਦਿੱਕਤ ਨਹੀਂ ਆਉਂਦਾ, ਉਹ ਸਾਰਾ ਆਪਾਂ ਮੈਚ ਕਰਕੇ ਦਿੰਦੇ। ਜੇ ਮਤਲਬ ਕਦੇ ਕੋਈ ਪ੍ਰੋਬਲਮ ਆਉਂਦੀ ਵੀ ਹੈ ਤਾਂ ਤੁਹਾਡੇ ਉਹ ਹੀ ਸਰਵਿਸ ਸਾਰਿਆਂ ਲਈ ਇੱਕ ਹੀ ਬਰਾਬਰ ਹੈ ਸਰ, 2 ਸਟੈਪ ਤੇ ਮਿਲੇਗੀ ਬੰਦੇ ਦੇ, ਮਤਲਬ ਕਿਸਾਨ ਦੇ ਖੇਤ 'ਚ ਹੀ ਮਿਲੇਗੀ, ਔਨ ਫੀਲਡ ਹੀ। ਔਨ ਫੀਲਡ ਮਿਲੇਗੀ, ਤੇ ਬਾਕੀ ਸਾਡਾ ਕੇਅਰ ਸੈਂਟਰ ਨੰਬਰ ਹੁੰਦਾ, ਤੁਸੀਂ ਫੋਨ ਕਰ ਦਿਓ ਜੀ, ਆਪਾਂ ਉਸਨੂੰ ਉਹੀ ਗੱਲ ਆ ਗਈ ਕਿ ਵਿਦਇਨ 24 ਆਵਰ ਆਪਾਂ ਸਰਵਿਸ ਦੇ ਦਿੰਦੇ ਜੀ। ਜੀ, ਇਹਦੀ ਵੀ ਇੱਕ ਸੀਜ਼ਨ ਦੀ ਹੁੰਦੀ ਹੈ? ਹਾਂਜੀ ਹਾਂਜੀ ਸਰ, 1 ਸਾਲ ਦੀ ਵਾਰੰਟੀ ਰਹਿੰਦੀ ਪੂਰੀ ਸਰ। ਠੀਕ ਹੈ ਸਰ, ਤੇ ਅੱਗੇ ਸਰ ਜਿੱਦਾਂ ਮਲਚਰ ਆ ਗਿਆ? ਇਹ ਤਾਂ ਮਲਚਰ ਆ ਗਿਆ ਸਰ, ਇਹ ਤੁਹਾਨੂੰ ਪਤਾ ਹੀ, ਇਹ ਸਰ 6 ਫੁੱਟ ਹੈਗਾ। ਇਹ ਕੰਪਨੀ ਕਿੰਨੇ ਫੁੱਟ ਤੱਕ ਬਣਾਉਂਦੀ ਹੈ ਜੀ? 6 ਤੋਂ 7 ਬਣਾਉਂਦੀ ਹੈ, 6 ਤੋਂ 7। ਹਾਂਜੀ, 6, 7, 8 ਫੁੱਟ, 3 ਫੁੱਟ, 3 ਪੀਸ ਬਣਾਉਂਦੇ, 3 ਪੀਸ, ਜਿੱਦਾਂ ਟਰੈਕਟਰ ਜਿੰਨੀ ਪਾਵਰ ਦਾ। ਹਾਂਜੀ ਹਾਂਜੀ, ਉਹਨੇ ਪਾਵਰ ਤੁਸੀਂ ਲੈ ਸਕਦੇ ਹੋ, ਬਿਲਕੁਲ। ਇਹ ਵੀ ਸਬਸਿਡੀ ਅਪਰੂਵਲ ਆ ਹੁੰਦਾ ਪੁਰਾਣੀ ਕਰਕੇ? ਹਾਂਜੀ, ਅਪਰੂਵ ਹੈ ਸਰ। ਠੀਕ ਹੈ ਸਰ, ਇਹਦੇ ਵਿੱਚ ਵੀ ਸਰ ਉਦਾਂ ਹੀ ਹੁੰਦਾ ਕੋਈ ਮਲਚਿੰਗ? ਇਹ ਕਟਿੰਗ ਕਰਕੇ ਮਿੱਟੀ 'ਚ ਮਿਲਾਉਂਦਾ, ਇਸ 'ਚ ਬਲੇਡ ਹੁੰਦੇ, ਨਾਲ ਹੈਮਰ ਲੱਗੇ ਹੁੰਦੇ, ਉਹ ਤੋੜ ਮੋੜ ਕੇ
ਖਾ ਵਿੱਚ ਮਿਲਾਉਂਦਾ ਪਿਆ ਸਰ ਜੀ, ਜਿੱਦਾਂ ਲੱਗੇ ਹੋਏ ਨੇ ਬਲੇਡਾਂ ਦੇ। ਹਾਂਜੀ ਓਕੇ। ਤੇ ਸਰ ਇਹਦਾ ਵੀ ਜਿੱਦਾਂ ਗੇਅਰ ਆਪਾਂ ਸੁਪਰ ਸੀਟ ਦਾ ਕਹਿੰਦੇ ਸੀ, ਪੂਰਾ ਹੈਵੀ ਆਏਗਾ ਸਰ, ਕੋਈ ਵਾਈਬ੍ਰੇਸ਼ਨ ਨਹੀਂ, ਕੋਈ ਕੁਝ ਨਹੀਂ, ਬਿਲਕੁਲ ਰਾਲਾ ਚੱਲੇਗਾ ਜੀ। ਹਾਂਜੀ। ਤੇ ਜਿੱਦਾਂ ਮਤਲਬ ਕਿਸੇ ਦੇ ਜੇ ਆਪਾਂ ਸੁਪਰ ਸੀਟਰ ਦੇ ਕਹਿੰਦੇ ਸੀ, ਉਹਦੇ ਵਿੱਚ ਆਪਸ਼ਨ ਆਈ ਆਪਾਂ ਨੂੰ ਗੇਅਰ ਦੀ, ਬਿਲਕੁਲ ਇਹ 'ਚ ਵੀ ਸੇਮ ਉਦਾਂ ਹੀ ਹੁੰਦਾ ਸੀ, ਹਾਂਜੀ ਹਾਂਜੀ, ਚੱਕਰ ਨਾ ਮੈਚ ਹੋਣ, ਬਿਲਕੁਲ ਬਿਲਕੁਲ, ਤੁਸੀਂ ਜੇ ਤੁਹਾਡਾ ਨਹੀਂ ਹੋ ਤਾਂ ਦੂਸਰੇ ਲੈ ਸਕਦੇ ਹੋ। ਹਾਂਜੀ ਬਿਲਕੁਲ ਜੀ। ਇਹ ਸਰ ਇੱਧਰ ਇਹ ਤਾਂ ਸੁਪਰ ਸੀਟਰ ਵਾਲਾ ਆ ਗਿਆ ਸਰ, ਉਹ ਜੇ ਆਪਾਂ ਜਿਹੜਾ ਦਿਖਾਇਆ ਸੀ ਪਹਿਲਾਂ। ਹਾਂਜੀ ਹਾਂਜੀ ਸਰ, ਠੀਕ ਹੈ ਸਰ। ਤੇ ਇਹ ਰੋਟਾਵੇਟਰ ਦੀ ਸੀਰੀਜ਼ ਹੈਗੀ ਆਪਣੀ ਸਰ। ਇਹ ਸਰ ਕਿੰਨੇ ਫੁੱਟ ਆ ਗਏ? ਇਹ ਸਰ ਹੈਗਾ, ਇਹ ਸਰ 9 ਫੁੱਟ ਹੈਗਾ, ਉਹ 10 ਫੁੱਟ ਹੈਗਾ ਸਰ ਜੀ। ਇਹਦੀ ਵੀ ਫਰੇਮ ਫਰੂਮ ਫੁੱਲ ਹੈਵੀ? ਹਾਂਜੀ ਸਰ, ਪੂਰਾ ਜਿਹੜਾ ਆਪਾਂ ਸੁਪਰ ਸੀਡਰ ਨੂੰ ਰੋਟਾਵੇਟਰ ਯੂਜ਼ ਕਰਦੇ ਉਹ ਹੀ ਇਸ 'ਚ ਕਰਦੇ ਸਰ। ਓਕੇ। ਸਾਰੇ ਫੀਚਰਸ ਉਹੀ ਹੈਗੇ ਸੇਮ ਫੁੱਲ ਹੈਵੀ ਦੇ ਵਿੱਚ, ਪੂਰਾ ਹੈਵੀ ਦੇ ਵਿੱਚ ਹੀ ਦਿੰਦੇ? ਬਿਲਕੁਲ ਸਰ, ਪੂਰਾ ਭੱਟੀ ਕਲਰ ਆਏਗਾ, ਜਿਹਨੂੰ ਪਾਊਡਰ ਕੋਟ ਬੋਲਦੇ ਆਪਾਂ, ਬੋਰਨ ਸਟੀਲ ਬਲੇਡ ਆਏਗੇ ਸਰ ਪੀਡੀਸੀ ਬ੍ਰਾਂਡਿੰਗ ਨਾਲ ਜੀ, ਤੇ ਹੈਵੀ ਤਵੀਆਂ ਦਿੰਦੇ ਆਪਾਂ। ਓਕੇ ਜੀ ਜੀ। ਜਿੱਦਾਂ ਬੈਗ ਤੇ ਆਪਾਂ ਟਾਪਾ ਕਹਿ ਸਕਦੇ ਆ, ਇਹ ਵੀ ਫੁੱਲ ਹੈਵੀ ਦੇ ਵਿੱਚ, ਇਹ ਵੀ ਪੂਰਾ ਹੈਵੀ ਹੁੰਦਾ ਕਿਉਂਕਿ ਨਹੀਂ ਇਹ ਬਲ ਬਲ ਖਾ ਜਾਂਦਾ ਨਾ। ਹਾਂਜੀ ਬਿਲਕੁਲ ਜੀ, ਇਹਦੇ ਲੋਡ ਕਾਫੀ ਪੈਂਦਾ ਹੈ। ਹਾਂਜੀ, ਸਾਰੀ ਮਿੱਟੀ ਦਾ ਲੋਡ ਇਸ ਤੇ ਆਂਦਾ ਪਿਆ ਨਾ ਸਰ ਫਿਰ ਬਾਅਦ ਚ। ਤੇ ਜਿੱਦਾਂ ਇਹ ਹੋ ਗਿਆ, ਇਹ ਚਾਰ, ਇਹਦੇ ਚਾਰ ਆ ਗਏ ਸਪਰਿੰਗ। ਹਾਂਜੀ, ਇਹਦੇ 6 ਆ ਗਏ, 6 ਆ ਗਏ, ਆਪਾਂ ਇਸ ਚ 6 ਵੀ ਦਿੰਦੇ ਆ, ਔਨ ਡਿਮਾਂਡ ਰਹਿੰਦਾ ਉਹ, ਉਹਦੇ ਨਾਲ ਮਤਲਬ 9 ਹਾਂ 8 ਫੁੱਟ ਤੱਕ ਆਪਾਂ 4 ਦਿੰਦੇ ਆ ਜੀ, ਤੇ 9 10 ਤੇ ਆਪਾਂ ਤਾਂ ਇਦਾਂ 12 13 ਫੁੱਟ ਤੱਕ ਬਣਾਉਂਦੇ ਪਏ ਰੋਟਾਵੇਟਰ ਜੀ, ਜਿੱਡੇ ਡਿਮਾਂਡ ਆ ਉਨੀ ਤੁਸੀਂ ਬਣਾ ਸਕਦੇ ਹੋ, ਪਲਾਂਟ ਜਾ ਕੇ ਉਨੀ ਲੈ ਸਕਦੇ ਹੋ। ਜਿੱਦਾਂ ਅਗਰ ਆਪਾਂ ਜਿਹੜੀ ਵੀ ਚੀਜ਼ 10 ਫੁੱਟ ਤੇ ਅੱਗੇ ਬਣਾਣੀ ਨਾ ਸਰ, ਉਹਦਾ ਇੱਥੇ ਪਿੱਛੇ ਦੱਸਦਾ ਮੈਂ ਤੁਹਾਨੂੰ, ਆ ਜਾਓ 1 ਮਿੰਟ ਜੀ। ਇਹ ਪਿੱਛੇ ਡਾਲਾ ਜਿਹੜਾ ਹੋਏਗਾ ਨਾ ਸਰ, ਡਿਵਾਈਡੇਬਲ ਹੁੰਦਾ ਉਹ। ਓਕੇ, ਇਹ ਵੀ ਬਹੁਤ ਵਧੀਆ ਚੀਜ਼ ਹੈ ਜੀ। ਬਿਲਕੁਲ ਜੀ, 9 ਫੁੱਟ ਤੱਕ ਤਾਂ ਇੱਕੋ ਹੀ ਸਾਈਜ਼ ਲੱਗਦਾ, ਪੂਰੀ ਪਲੇਟ ਇੱਕ ਹੁੰਦੀ। 9 ਫੁੱਟ ਤੇ ਉੱਪਰ ਜਿੰਨੇ ਵੀ ਹੋਏਗੇ ਉਹ ਅੱਧ ਦੇ 2 ਡਿਵੀਜ਼ਨ ਚ ਹੋਏਗਾ ਸਰ ਜੀ, ਉਸ ਤੇ ਗਿਆ ਮਜ਼ਬੂਤੀ ਵੱਧ ਜਾਂਦੀ ਉਸ ਚੀਜ਼ ਦੀ। ਤੇ ਸਰ ਜਿਹੜੀ ਮਤਲਬ ਫਰੇਮ ਆ, ਜਿੱਦਾਂ ਇਹ ਆ ਸਾਰਾ, ਜਿੱਦਾਂ ਆਪਾਂ ਸੁਪਰ ਸੀਡਰ ਦੇ ਕੋਲ ਲਾਇਆ ਵੀ ਬਿਲਕੁਲ ਸੇਮ ਹੈ ਸਰ, 92 mm ਦੀ ਹੋਏਗੀ, ਇਹ 72 mm ਦੀ ਹੋਏਗੀ ਜੀ ਸਰ। ਗੇਅਰ ਵੀ ਸੇਮ ਹੈ ਹੋਵੇਗਾ? ਹਾਂਜੀ ਬਿਲਕੁਲ ਸਰ, ਪ੍ਰੋਸੈਸ ਸੇਮ ਹੀ, ਅਗਰ ਕਿਸੇ ਨੂੰ ਸਪੀਡ ਮੈਚ ਨਹੀਂ ਹੋ ਰਹੀ ਉਹ ਵੀ ਆਪਾਂ ਖੇਤ ਚ ਜਾ ਕੇ ਕਰਾਂਗੇ ਜੀ। ਉਹ ਤੇ ਮਤਲਬ ਔਨ ਫੀਲਡ, ਔਨ ਫੀਲਡ ਹੀ ਰਹੇਗਾ ਸਾਰੇ ਪ੍ਰੋਡਕਟ ਲਈ, ਔਨ ਫੀਲਡ ਰਹੇਗਾ। ਸਰ ਇਹ ਕਿੰਨੇ ਫੁੱਟ? ਇਹ 8 ਫੁੱਟ ਆਏਗਾ ਸਰ ਜੀ। ਇਹਦੀ ਵੀ ਕੁਆਲਿਟੀ ਦਾ ਸੇਮ ਆ ਜੀ, ਹਨਾ ਆਪਾਂ ਦੱਸਣ ਦੀ ਲੋੜ ਕੋਈ ਚੇਂਜਸ ਨਹੀਂ ਹੈ, ਸਿਰਫ ਸਾਈਜ਼ ਚੇਂਜ ਆ, ਬਾਕੀ ਸਭ ਕੁਝ ਸੇਮ ਹੈ ਸਰ। ਓਕੇ ਸਰ, ਮਤਲਬ ਇਹ ਨਹੀਂ ਵੀ ਵੱਡੇ ਦੇ ਵਿੱਚ ਕੋਈ ਫਰਕ ਆ ਜਾਂ ਛੋਟੇ ਦੇ ਵਿੱਚ ਫਰਕ ਆ, ਚਾਹੇ ਤੁਸੀਂ ਜਿਹੜਾ ਮਰਜ਼ੀ ਲੈ ਲਓ, ਕੁਆਲਿਟੀ ਬਾ ਸੇਮ ਮਿਲਣਾ, ਤੁਸੀਂ ਚੈੱਕ ਕਰ ਸਕਦੇ ਬੀਆਂ ਵਾਲਾ, ਸਾਰਾ ਕੁਝ ਸੇਮ ਆ ਡਿੱਟੋ। ਮਤਲਬ ਇਹ ਆ ਵੀ ਜਿੱਡੀ ਕਿਸਾਨ ਦੀ ਮਤਲਬ ਡਿਮਾਂਡ ਆ ਵੀ ਉਹਨੂੰ ਕਿੰਨੇ ਫੁੱਟਾ ਚਾਹੀਦਾ, ਉਹ ਚੇਂਜ ਹੋ ਜਾਊਗਾ, ਪਰ ਇਹ ਨਹੀਂ ਕੁਆਲਿਟੀ ਕੋਈ ਕੰਪਰੋਮਾਈਜ਼ ਨਹੀਂ, ਚਾਹੇ ਤੁਸੀਂ 8 ਫੁੱਟਾ ਲੈ ਲਓ, ਚਾਹੇ ਤੁਸੀਂ 10 ਫੁੱਟਾ ਲੈ ਲਓ, ਜਿਹੜਾ ਮਰਜ਼ੀ ਲੈ ਲਓ। ਇਹ 'ਚ ਵੀ ਸੇਮ ਬਲੇਡ ਨੇ, ਸੇਮ ਗੇਅਰ ਆ, ਸੇਮ ਤਵੀਆਂ ਨੇ, ਸਭ ਕੁਝ ਏ ਟੂ ਜ਼ੈਡ ਉਦਾਂ ਹੀ ਆ। ਇਹ ਵੀ ਸਰ ਕਨਵਰਟ ਹੋ ਜਾਂਦਾ ਨਾ ਜੀ? ਹਾਂਜੀ ਸਰ, ਸੇਮ ਪੂਰਾ ਮਾਡਲ ਸੇਮ ਹੀ ਹੈਗੇ ਸਰ, ਉਹਦੇ ਮਾਂਗ ਵੱਡੇ ਨਾਲ ਬਿਲਕੁਲ ਬਿਲਕੁਲ ਸੇਮ ਹੈ, ਉਹ ਹੀ 3 ਨੈਟ ਇਸ ਸਾਈਡ ਹੈ, 3 ਨੈਟ ਉਸ ਸਾਈਡ ਹੈ, ਔਰ ਪਿਨ ਸਿਸਟਮ ਹੈ। ਓਕੇ ਸਰ ਜੀ। ਸਰ ਇਹ ਇੰਪਲੀਮੈਂਟ ਕਦ ਲਈ ਵਰਤਿਆ ਜਾਂਦਾ? ਸਰ ਇਹ ਗੰਨੇ 'ਚ ਵਰਤਿਆ ਜਾਂਦਾ ਸਰ ਜੀ, ਇਹ ਗੰਨੇ ਦੇ ਜਿੱਦਾਂ ਮੱਟੀ ਲਾਣ ਲਈ ਨਾ, ਉਹ ਵਿੱਚ ਸਪੇਸ ਹੁੰਦਾ ਨਾ ਸਰੀ, ਜਿਹਨੂੰ ਬੋਲਦੇ ਆਪਾਂ, ਉਸ 'ਚ ਚੱਲਦਾ ਉਹਨੂੰ, ਜਿਵੇਂ ਮੈਂ ਮਤਲਬ ਕਬਾੜ ਹੋ ਗਿਆ ਹਨਾ, ਗਡਾਈ ਕਰਨੀ ਆ, ਬਿਲਕੁਲ ਗਡਾਈ ਵਗੈਰਾ, ਲੋਕ ਜਿਹੜੇ ਗੰਨੇ ਦੀ ਖੇਤੀ ਕਰਦੇ ਹੱਥੀ ਕਰਦੇ ਦੀ। ਹਾਂ, ਤੇ ਦੂਜੀ ਉਹ ਅੱਜ ਕੱਲ ਇੱਕ ਮਲਟੀ ਕ੍ਰੋਪ ਟ੍ਰੈਂਡ ਵੀ ਆ ਗਿਆ ਕਿ ਗੰਨੇ 'ਚ ਜਦ ਤੱਕ ਛੋਟਾ ਤਾਂ ਦੂਜੀ ਫਸਲ ਵਿੱਚ ਜਿਹੜਾ ਏਰੀਆ ਹੈਗਾ ਪਾਣੀ ਲਾਉਣ ਵਾਲਾ, ਉਸ 'ਚ ਦੂਜੀ ਫਸਲ ਲਾ ਲਓ, ਤਾਂ ਉਸ ਕੰਮ 'ਚ ਵੀ ਆਉਂਦਾ ਉਹ, ਇਹ ਉਹਦੇ ਲਈ ਵਰਤਿਆ ਜਾਂਦਾ ਜੀ। ਬਿਲਕੁਲ, ਉਹ ਕੰਮ ਪੂਰਾ ਰੋਟਾਵੇਟਰ ਵਾਂਗੂ ਕਰੇਗਾ, ਇਹ ਬਲੇਡ ਉਦਾਂ ਦੇ ਹੁੰਦੇ, ਜਿਹੜੀ ਗੰਨਾ ਜਿਹੜਾ ਤੁਹਾਡਾ ਇੱਥੇ ਰਹੇਗਾ ਜੀ, ਤੇ ਬਾਕੀ ਉਹਦੀ ਜਿਹੜਾ ਸਪੇਸ ਰਹੇਗਾ ਖਾਲੀ ਵਾਲਾ, ਉੱਥੇ ਗੁਡਾਈ ਕਰ ਦੇਗਾ ਪੂਰੀ। ਹਾਂਜੀ, ਜਿਹੜੀ ਇਹ ਵਿਚਾਲ ਲਈ ਜਗ੍ਹਾ ਹੈ ਉਹ ਗੁਡਾਈ ਹੋ ਜਾਣੀ ਹੈ। ਬਿਲਕੁਲ ਸਰ, ਬਾਕੀ ਸੇਮ ਰੋਟਾਵੇਟਰ ਜਿਵੇਂ ਉਹ ਚੀਜ਼ ਹੈ ਜੀ। ਬਿਲਕੁਲ ਜੀ।
ਇਹ ਸਰ ਇਹ ਹੈ 6 ਫੁੱਟ, ਇਹ ਅਲੱਗ ਹੈ, ਇਹ ਜਾਂਦਾ ਸਰ ਰਾਜਸਥਾਨ ਵਗੈਰਾ ਲਈ ਮਾਡਲ ਹੈ। ਇਹਦੀ ਜਿਹੜੀ ਝੋਂਪੜੀ ਆ ਬੋਲਦੇ ਆਪਾਂ ਹੀਚ ਜਿਹੜੀ ਹੁੰਦੀ ਹੈ ਥੋੜਾ ਅਲੱਗ ਟਾਈਪ ਦੀ ਹੁੰਦੀ ਜੀ ਜੀ, ਇਹ ਮਾਡਲ ਦਾ ਫਰਕ ਹੈ ਜੀ, ਮਤਲਬ ਇਹਦਾ ਡਿਜ਼ਾਈਨਿੰਗ ਦਾ ਵੀ ਫਰਕ, ਡਿਜ਼ਾਈਨਿੰਗ ਦਾ ਤੇ 6 ਫੁੱਟ ਚ ਆ ਗਿਆ ਬਿਲਕੁਲ, ਉਹ ਛੋਟਾ ਹੈਗਾ। ਇਹ ਆਪਣਾ ਜਿੱਦਾਂ ਬਾਗ ਬਗੀਚਿਆਂ ਚ ਜਿਹੜੇ ਹੁੰਦੇ ਉੱਥੇ ਯੂਜ਼ ਹੁੰਦਾ ਬਾਗਬਾਨੀ ਦੀ ਖੇਤੀ ਲਈ। ਹਾਂਜੀ, ਇਹ ਥੋੜਾ ਹਿਮਾਚਲ ਵਾਲਾ ਏਰੀਆ ਹੋ ਗਿਆ ਆਪਣਾ, ਫਿਰ ਮਹਾਰਾਸ਼ਟਰ ਬਹੁਤ ਜ਼ਿਆਦਾ ਜਾਂਦਾ ਹੈ, MP ਹੋ ਗਿਆ, ਕਿਉਂਕਿ ਉੱਥੇ ਬਾਗ ਬਹੁਤ ਜ਼ਿਆਦਾ ਹੈ, ਤੁਹਾਨੂੰ ਪਤਾ ਨਾਰ ਵਗੈਰਾ ਸਭ ਕੁਝ ਉੱਥੇ ਹੁੰਦਾ ਜਾਂ ਅੰਗੂਰ ਹੋਏ ਤਾਂ ਉੱਥੇ ਇਹ ਯੂਜ਼ ਹੁੰਦਾ ਹੈ, ਉਹਦੇ ਲਈ ਯੂਜ਼ ਹੁੰਦਾ ਹੈ। ਹਾਂਜੀ, ਇਹ 3 ਫੁੱਟ ਤੇ ਲੈ ਕੇ ਆਪਾਂ 4 ਫੁੱਟ ਤੱਕ ਦਿੰਦੇ, 3 ਸਾਢੇ 3 4 3 ਸੀਰੀਜ਼ ਦਿੰਦੇ। ਠੀਕ ਹੈ ਸਰ, ਤੇ ਸਰ ਆਪਣਾ ਦੁਬਾਰਾ ਇੱਕ ਵਾਰ ਟੋਲ ਫ੍ਰੀ ਨੰਬਰ ਜਿਹੜਾ ਉਹ ਕਿਸਾਨਾਂ ਨੂੰ ਬੋਲ ਦਿਓ ਜੀ, ਬਿਲਕੁਲ ਜੀ, ਆਪਾਂ ਇੱਥੇ ਇੱਥੇ ਦੱਸ ਦਿਓ, ਤੁਹਾਨੂੰ 24/7 ਤੁਸੀਂ ਡਿਸਪਲੇ ਤੇ ਸ਼ੋ ਕਰ ਦਿਓ, ਤੇ ਆਹ ਨੰਬਰ ਆ ਜੀ 24 ਘੰਟੇ 7 ਦਿਨ ਕਸਟਮਰ ਕੇਅਰ ਨੰਬਰ ਆ। ਸੀਜ਼ਨ 'ਚ ਦੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ, ਚਾਹੇ ਦਿਨ ਆ ਚਾਹੇ ਰਾਤ ਆ ਜੀ, 82-890-36-052 ਇਹ ਨੰਬਰ 'ਤੇ ਕਾਲ ਕਰੋ, ਚਾਹੇ 24 ਘੰਟੇ ਦਿਨ ਰਾਤ ਆ ਤੁਹਾਡੀ ਕਾਲ ਪਿੱਕ ਹੋਊਗੀ, ਅਤੇ ਜੋ ਵੀ ਤੁਹਾਡੀ ਕੋਈ ਪ੍ਰੋਬਲਮ ਆ ਕਿਸੇ ਵੀ ਇੰਪਲੀਮੈਂਟ ਦੇ ਵਿੱਚ ਉਹ ਸੋਲਵ ਹੋਊਗੀ। ਠੀਕ ਆ ਜੀ, ਅਤੇ ਸਾਰੀ ਕਾਰ ਰਹਿ ਗਿਆ ਆਪਣਾ PDC ਫਰਟੀਲਾਈਜ਼ਰ ਵਾਲਾ। ਹਾਂਜੀ, ਇਹਦੇ ਬਾਰੇ ਜੂ ਚੱਲਣਾ ਪਾਓ ਜੀ ਸਾਨੂੰ। ਇਹ ਸਰ ਆਪਣਾ ਕੁਝ ਕੰਪਨੀ ਪਲਾਸਟਿਕ 'ਚ ਵੀ ਦੇ ਰਹੀ ਆ, ਪਰ ਇਹ ਜਿਹੜਾ ਲੋਹੇ 'ਚ ਹੀ ਦਿੰਦੇ ਆਪਾਂ ਜੀ ਜੀ, ਇਹਨੂੰ ਫਰਟੀਲਾਈਜ਼ਰ ਸਪਰੈਡਰ ਬੋਲਦੇ ਆਪਾਂ ਜੀ, ਇਹ ਆਪਾਂ ਖਾਦ ਖਿਲਾਰਨ ਦੇ ਕੰਮ 'ਚ ਆਉਂਦਾ ਪਿਆ ਸਰ। ਅਤੇ ਸਰ ਇਹ 'ਚ ਖਾਦ ਪੈਂਦੀ ਕਿੰਨੀ ਆ ਜੀ? ਸਰ ਇਸਦੀ ਅਰਾਊਂਡ 5 ਬੋਰੇ ਤੇ ਲੈ ਕੇ 7 ਬੋਰੇ ਇੱਕ ਨਾਲ ਇੱਕ ਵਾਰ। ਹਾਂਜੀ, ਇੱਕ ਵਾਰ। ਤੇ ਇਹਦੀ ਮਤਲਬ ਵੱਧ ਘੱਟ ਵਾਲੀ ਸੈਟਿੰਗ ਜੀ? ਹਾਂਜੀ, ਇਹ ਉਹ ਸਾਰੀ ਇੱਥੋਂ ਹੋ ਜਾਂਦੀ ਹੈ, ਜਿੰਨੀ ਜ਼ਰੂਰਤ ਆ ਤੁਸੀਂ ਉਹਦੇ ਸੈੱਟ ਕਰ ਸਕਦੇ। ਬਿਲਕੁਲ ਜੀ, ਤੇ ਜਿਹੜੇ ਦੇ ਇਹ ਆ ਜੀ, ਮਤਲਬ ਆਪਾਂ ਕਿੰਨਾ ਦੂਰ ਤੱਕ ਲੈ ਕੇ ਜਾਣਾ? ਉਹ ਇੱਥੇ ਹੈ ਸਰ, ਇਹ ਦੇਖੋ ਨਾ, ਇੱਥੇ ਮੈਂ ਇਹ ਰੱਖੇ ਦੇ। ਹਾਂਜੀ, ਇਹ ਹੈ ਇਹਦਾ, ਇਹਨੂੰ ਐਡਜਸਟ ਕਰਨਾ ਪੈਂਦਾ ਬਸ ਇੱਧਰੋਂ ਖੋਲ ਕੇ ਨਾ ਜੀ, ਜਿੰਨੀ ਸਪੀਡ ਤੁਸੀਂ ਜਿੰਨੇ ਕੁਆਂਟਿਟੀ 'ਚ ਇਹਨੂੰ ਥਰੋ ਕਰਨਾ ਜਾਂ ਕੁਛ ਕਰਨਾ, ਜਿਤਨੇ 'ਚ ਸੈੱਟ ਕਰਨਾ ਤੁਸੀਂ ਇੱਧਰੋਂ ਸੈੱਟ ਕਰ। ਮਤਲਬ ਇਹਦੀ ਚੜਾਈ ਵੀ ਵੱਧਦੀ ਘੱਟਦੀ ਆ ਜੀ ਜਿੰਨਾ ਆਪਾਂ ਲੈ ਕੇ ਜਾਂਦੇ ਏਰੀਆ? ਥਰੋ ਵੱਧ ਜਾਂਦਾ ਇਹਦਾ ਸਰ। ਓਕੇ, ਹਾਂਜੀ, ਮਤਲਬ ਜੇ ਸਪੀਡ ਵੱਧ ਜਾਂਦੀ ਆ, ਬਿਲਕੁਲ, ਜੇ ਵੱਧ ਪਾਉਣਾ ਮਤਲਬ ਉਨੀ ਜਗ੍ਹਾ 'ਚ, ਚਾਹੇ ਤੁਸੀਂ ਇੱਕ ਗੱਟਾ ਪਾ ਲਓ, ਬਿਲਕੁਲ, ਚਾਹੇ ਤੁਸੀਂ 2 ਪਾ ਲਓ, ਬਿਲਕੁਲ, ਮਤਲਬ ਉਨੀ ਜਗ੍ਹਾ 'ਚ ਇਹਨੇ ਸੈਟਿੰਗ ਕਰਕੇ ਪਾ ਦੇਣਾ, ਬਿਲਕੁਲ, ਉਨੀ ਸਪੀਡ ਵਧੀ ਜਾਣੀ ਆ। ਇਹ 400 ਲੀਟਰ ਦਾ ਬੋਲਦੇ ਆਪਾਂ ਇੱਦਾਂ। ਓਕੇ ਜੀ, ਹਾਂਜੀ, ਤੇ ਸਰ ਇਹ ਵੀ PTO ਨਾਲ ਚੱਲਦਾ? ਹਾਂਜੀ, ਇਹ ਵੀ ਟਰੈਕਟਰ ਆਪਰੇਟਿਡ ਹੈ ਸਰ, ਤੁਸੀਂ ਦੇਖ ਸਕਦੇ ਥੱਲੇ PTO ਦਾ ਦਿੱਤੇ ਹੁੰਦਾ, PTO ਨਾਲ ਹੀ ਚੱਲਦਾ ਇਹ ਵੀ। ਇਹ ਸਰ ਜਿੱਦਾਂ ਮਤਲਬ ਕਈ ਟਰੈਕਟਰ ਗਰਾਊਂਡ PTO ਹੁੰਦੀਆਂ ਨੇ ਹਨਾ ਜੀ, ਗਰਾਊਂਡ ਜਿੰਨਾ ਟਾਇਰ ਘੁੰਮੂਗਾ ਉਨੀ ਉਹ PTO ਘੁੰਮੂ, ਬਿਲਕੁਲ ਜੀ, ਉਹਦੇ ਲਈ ਤਾਂ ਫਿਰ ਇਹ ਬਹੁਤ ਬੈਸਟ ਆ ਜੀ। ਹਾਂਜੀ ਹਾਂਜੀ, ਤੇ ਨਾਲ ਇਹ ਸਭ ਮਾਡਰਨ ਟੈਕਨੋਲੋਜੀ ਹੈ ਸਰ, ਆਪਾਂ ਹੱਥ ਨਾਲ ਕਿੰਨੀ ਖਾਦ ਸੁੱਟਾਂਗੇ ਆ ਕਿੰਨਾ ਕਿਆ, ਤੇ ਇਹਦੇ ਨਾਲ ਜਿਹੜੀ ਚੀਜ਼ ਆਪਾਂ ਮੰਨ ਲਓ 10 ਦਿਨ 'ਚ ਕਰਨੀ ਹੈ ਉਹ ਆਪਾਂ 1 ਘੰਟੇ 'ਚ ਕਰ ਸਕਦੇ। ਤੇ ਸਰ ਜਿਵੇਂ ਮੰਨ ਲਾ ਇਹਨਾਂ ਦੇ ਸਾਰੇ ਇੰਪਲੀਮੈਂਟਾਂ ਦੇ ਪ੍ਰਾਈਜ਼ ਨੇ, ਮਾੜਾ ਤੁਸੀਂ ਦੱਸ ਦਿਓ ਵੀ ਉਰੇ ਪਲਾਂਟ ਆਪਣਾ ਕਿੱਥੇ ਆ, ਤੇ ਆਪਾਂ ਉਰੇ ਆ ਕੇ ਕੋਈ ਵੀ ਕਿਸਾਨ ਵਿਜ਼ਿਟ ਕਰ ਸਕਦਾ? ਸਰ ਸਾਡਾ ਪਲਾਂਟ ਹੈਗਾ ਰਾਜਪੁਰੇ ਹੈ ਜੀ, ਰਾਜਪੁਰੇ ਪਟਿਆਲਾ ਰੋਡ ਤੇ ਹੈਗਾ ਜੀ, ਉੱਥੇ ਆ ਕੇ ਤੁਸੀਂ ਜਦ ਮਰਜ਼ੀ ਵਿਜ਼ਿਟ ਕਰ ਸਕਦੇ ਹੋ ਤੁਸੀਂ ਜੀ, ਸਾਡੇ ਕੋਲ ਸਟਾਕ ਖੜਾ ਰਹਿੰਦਾ, ਓਕੇ, ਜਦ ਮਰਜ਼ੀ ਆ ਕੇ ਪਰਚੇਜ਼ ਜਿੰਨੇ ਇੰਪਲੀਮੈਂਟ ਬਣਦੇ ਨੇ ਉਹਨਾਂ ਬਾਰੇ ਕੋਈ ਵੀ ਤੁਸੀਂ ਲੈਣਾ, ਹਾਂਜੀ, ਜਦੋਂ ਮਰਜ਼ੀ ਰਾਜਪੁਰੇ ਆਪਣੇ ਪਟਿਆਲਾ ਰੋਡ ਤੇ ਆ ਜੀ, ਜਦ ਮਰਜ਼ੀ ਆਓ, ਤੇ ਬਾਕੀ ਕੋਈ ਦੂਰ ਦਾ ਪੰਜਾਬ ਦਾ ਤਾਂ ਸਾਡਾ ਸਾਰੀ ਜਗ੍ਹਾ ਸਾਰੇ ਡਿਸਟ੍ਰਿਕਟ 'ਚ ਡੀਲਰ ਨੈਟਵਰਕ ਹੈ, ਤਾਂ ਸਾਨੂੰ ਫੋਨ ਕਰਕੇ ਆ ਉੱਥੇ ਜਾ ਕੇ ਉਹ ਡੀਲਰ ਨਾਲ, ਆਲ ਇੰਡੀਆ 'ਚ ਜਿੱਥੇ ਮਰਜ਼ੀ ਲੈ ਸਕਦਾ ਕੋਈ? ਬਿਲਕੁਲ ਸਰ, ਬਿਲਕੁਲ, ਆਲ ਇੰਡੀਆ ਦੇ ਨਾਲ ਆਪਾਂ ਐਕਸਪੋਰਟ ਵੀ ਕਰਦੇ ਆ 2-4 ਕੰਟਰੀਆਂ 'ਚ। ਹਾਂਜੀ, ਜੇ ਮਤਲਬ ਉਰੋ ਭੇਜਣਾ ਪਲਾਂਟ ਤੋਂ ਤਾਂ ਵੀ ਜੀ ਡਿਲੀਵਰੀ ਹੋ ਜੂ ਜੀ? ਇੱਦਾਂ ਤਾਂ ਸਰ ਆਪਾਂ ਜ਼ਿਆਦਾ ਪ੍ਰੈਫਰੈਂਸ, ਕਿਉਂਕਿ ਡੀਲਰ ਨੈਟਵਰਕ ਹੈ ਤਾਂ ਉੱਥੇ ਇੱਧਰੋਂ ਭੇਜਣਾ ਮਹਿੰਗਾ ਪੈ ਜਾਂਦਾ, ਇੱਕ ਪੀਸ ਭੇਜਣਾ ਮੰਨ ਲਓ ਤੁਸੀਂ
ਇਧਰੋਂ ਅਗਰ 200 ਕਿਲੋਮੀਟਰ ਵੀ ਭੇਜਣਾ ਹੈ ਤਾਂ ਗੱਡੀ ਵਾਲਾ ਵੀ 200 ਪਲੱਸ 200 ਅਪ ਐਂਡ ਡਾਊਨ ਲਏਗਾ, 400 ਕਿਲੋਮੀਟਰ ਦਾ ਉਹ ਭਾੜਾ ਲਏਗਾ, ਨਾਲ ਤੁਹਾਨੂੰ ਪ੍ਰੋਡਕਟ ਰੇਟ ਇੱਥੇ ਵੀ ਉਹੀ ਮਿਲੇਗਾ, ਉੱਥੇ ਵੀ ਉਹੀ ਰੇਟ ਮਿਲੇਗਾ, ਵੀ ਪ੍ਰਾਈਸ ਦਾ ਕੋਈ ਫਰਕ ਨਹੀਂ ਹੋਊਗਾ, ਪ੍ਰਾਈਸ 'ਚ ਕੋਈ ਨਹੀਂ, ਪਲਾਂਟ ਜੇ ਆਪਣਾ ਸੇਲ ਕਰਦੇ ਨੇ ਬਿਲਕੁਲ ਪ੍ਰਾਈਸ ਸੇਮ ਰਹੇਗਾ ਸਰ, ਉਹੀ ਮਤਲਬ ਆਪਾਂ ਇਹ ਆ ਵੀ ਕਿਸਾਨ ਦਾ ਫਾਇਦਾ ਹੋਵੇ, ਬਿਲਕੁਲ ਜੀ, ਵੀ ਉਹਨੂੰ ਨੇੜੇ ਚੀਜ਼ ਮਿਲੇ, ਜੇ ਉਹ ਆਪਣੇ ਏਰੀਏ 'ਚ ਲਊਗਾ ਆਪਣੇ ਡਿਸਟ੍ਰੀਬਿਊਟਰ ਨੇ, ਕੱਲ ਨੂੰ ਤਾਂ ਉਹੀ ਪ੍ਰੋਬਲਮ ਵੀ ਆਉਂਦੀ ਆ, ਉਹਨੇ ਬੰਦੇ ਸੋਲਵ ਵੀ ਕਰਨਗੇ ਜੀ, ਬਿਲਕੁਲ, ਜਿਹੜੀ ਮਰਜ਼ੀ ਸਟੇਟ 'ਚ ਬੰਦਾ ਹੋਵੇ। ਠੀਕ ਆ ਸਰ, ਸਰ ਇੰਨੀ ਤੁਸੀਂ ਵਧੀਆ ਜਾਣਕਾਰੀ ਦਿੱਤੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਥੈਂਕ ਯੂ ਜੀ, ਓਕੇ ਸਰ, ਓਕੇ।